ਖੜੂਰ ਸਾਹਿਬ ਜ਼ਿਮਨੀ ਚੋਣ ਨਾ ਲੜਨ ਦੇ ਕਾਂਗਰਸ ਦੇ ਫੈਸਲੇ ਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਤੀਕਰਮ ਜਾਣਨ ਲਈ ਸਾਡੇ ਸਹਿਯੋਗੀ ਗੁਰਮੀਤ ਸਿੰਘ ਨੇ ਖਾਸ ਗੱਲਬਾਤ ਕੀਤੀ ਨਰੇਸ਼ ਗੁਜਰਾਲ ਨਾਲ। ਕੀ ਕਹਿਣਾ ਸੀ ਉਹਨਾਂ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। ਇਸ ਸਮੇਂ ਮੇਰੇ ਨਾਲ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਸਭਾ ਸੰਸਦ ਨਰੇਸ਼ ਗੁਜਰਾਲ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਨਰੇਸ਼ ਜੀ, ਪੀ ਟੀ ਸੀ ਨਿਊਜ਼ 'ਤੇ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਪੁੱਛਣਾ ਚਾਹਾਂਗਾ ਕਿ ਖਡੂਰ ਸਾਹਿਬ ਜ਼ਿਮਨੀ ਚੋਣ ਤੋਂ ਕਾਂਗਰਸ ਨੇ ਹੁਣ ਉਸਦਾ ਬਾਈਕਆਊਟ ਕਰ ਦਿੱਤਾ। ਕਾਂਗਰਸ ਕਹਿ ਰਹੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਅਦਬੀ ਹੋਈ ਹੈ ਉਸ ਦੇ ਕਰਕੇ ਅਸੀਂ ਬਾਈਕਆਊਟ ਕਰ ਰਹੇ ਹਾਂ ਇਸ ਇਲੈਕਸ਼ਨ ਦਾ। ਕਾਂਗਰਸ ਨੂੰ ਪਿਛਲੇ 3-4 ਦਿਨ ਦਾ ਸਾਫ਼ ਨਜ਼ਰ ਆ ਰਿਹਾ ਸੀ ਕਿ ਉਹ ਚੋਣ ਕਦੀ ਜਿੱਤ ਨਹੀਂ ਸਕਦੇ। ਹੁਣ ਮੈਦਾਨ ਛੱਡ ਕੇ ਚਲੇ ਗਏ ਨੇ, ਬਾਕੀ ਤਾਂ ਸਭ ਬਹਾਨੇ ਆਉਂਦੇ ਨੇ। ਕਦੀ ਤੁਸੀਂ ਕਹਿੰਦੇ ਹੋ ਕਿ ਗੁਰੂ ਗ੍ਰੰਥ ਸਾਹਿਬ ਦੀ ਹਾਲੀ ਜਿਹੜੀ ਇਨਕੁਆਇਰੀ ਹੋਈ ਉਹ ਕੰਪਲੀਟ ਨਹੀਂ ਹੋਈ, ਉਹ CBI ਨੂੰ ਸਰਕਾਰ ਨੇ ਦਿੱਤਾ ਹੋਇਆ। CBI ਜਿਸ ਵੇਲੇ ਰਿਪੋਰਟ ਦੇਵੇਗਾ, ਜਿਸ ਨੂੰ ਵੀ CBI ਇਹਦੇ ਵਿੱਚ ਨੇਮ ਕਰੇਗਾ, ਉਹਨਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਏਗੀ। ਲੇਕਿਨ ਬੁਨਿਆਦੀ ਗੱਲ ਇਹ ਹੈਗੀ ਕਿ ਕਾਂਗਰਸ ਨੂੰ ਨਜ਼ਰ ਆ ਰਿਹਾ ਹੈ ਕਿ ਉਹ ਇਸ ਵੇਲੇ ਜ਼ਮੀਨ ਉਹਨਾਂ ਦੇ ਥੱਲੋਂ ਨਿਕਲ ਗਈ ਹੈ।